ਗੱਡੀ ਸਟਾਰਟ ਹੋਵੇ ਵਿੱਚ ਤੁਸੀਂ ਬੈਠੇ ਹੋ ਤੇ ਕੋਈ ਚੋਰ ਆਵੇ ਤੇ ਉਹ ਗੱਡੀ ਸਟਾਰਟ ਕਰੇ ਤੇ ਤੁਹਾਨੂੰ ਧੱਕਾ ਮਾਰ ਕੇ ਥੋੜਾ ਜਿਹਾ ਪਾਸੇ ਕਰ ਦੇ ਤੇ ਆਪ ਭਜਾ ਕੇ ਲੈ ਜਾਏ ਤੇ ਫਿਰ ਤੁਸੀਂ ਕਹੋਗੇ ਐ ਕਿਵੇਂ ਹੋ ਸਕਦਾ ਵੀ ਵਿੱਚ ਬੈਠੇ ਦੇ ਨਾਲ ਕਿਵੇਂ ਭਜਾ ਕੇ ਲੈ ਜੂ ਕੋਈ ਉਹ ਗੱਡੀ ਵੀ ਲੈ ਗਿਆ ਨਾਲ ਬੰਦੇ ਨੂੰ ਵੀ ਲੈ ਗਿਆ ਤੇ ਐਦੋਂ ਵੀ ਤਕੜੀ ਗੱਲ ਇਹ ਆ ਵੀ ਹੋਏਗਾ ਵੀ ਪੁਲਿਸ ਵਾਲਾ ਸੀਗਾ ਕਿਹੜੇ ਸ਼ਹਿਰ ਦੀ ਗੱਲ ਆ ਜੀ ਤੇ ਵਿੱਚ ਪੁਲਿਸ ਵਾਲੇ ਨੇ ਫਿਰ ਕੀ ਕਾਰਵਾਈ ਕੀਤੀ ਇਹਦੇ ਤੇ ਹਾਂਜੀ ਪ੍ਰੈਸ ਸਾਹਿਬ ਇਹ ਖਬਰ ਹੈਗੀ ਆ ਜੀ ਲਾਸ ਐਂਜਲਸ ਤੋਂ ਐਲ ਏ ਦੇ ਵਿੱਚ ਇੱਕ ਬੇਖੌਫ ਚੋਰ ਨੇ ਲੋਸ ਐਂਜਲਸ ਪੁਲਿਸ ਡਿਪਾਰਟਮੈਂਟ ਦਾ ਵਹੀਕਲ ਭਜਾ ਲਿਆ ਉਹ ਵੀ ਉਦੋਂ ਭਜਾ ਲਿਆ ਜਦੋਂ ਇੱਕ ਆਫੀਸਰ ਵਿੱਚ ਬੈਠੀ ਹੋਈ ਸੀ ਸੰਡੇ ਅਰਲੀ ਮਾਰਨਿੰਗ ਤੋਂ ਪਹਿਲਾਂ ਦੀ ਇਹ ਘਟਨਾ ਉਦੋਂ ਇਹ ਸਭ ਕੁਝ ਵਾਪਰਿਆ ਹੈ ਬਈ ਇਹ ਬੰਦੇ ਨੇ ਐਲ ਏ ਪੀ ਡੀ ਦਾ ਪੈਟਰੋਲ ਵਹੀਕਲ ਭਜਾਇਆ ਜੀ ਤੇ ਉਸ ਤੋਂ ਬਾਅਦ ਇਹਨੇ ਕਈ ਵਹੀਕਲਸ ਦੇ ਵਿੱਚ ਕ੍ਰੈਸ਼ ਵੀ ਕੀਤਾ ਸੰਡੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਅੱਧੀ ਰਾਤ ਤੋਂ ਬਾਅਦ ਤਕਰੀਬਨ ਸਾਢੇ 3 ਦੀ ਇਹ ਘਟਨਾ ਅਰਲੀ ਮਾਰਨਿੰਗ ਦੀ ਜਦੋਂ ਫੀਮੇਲ ਆਫੀਸਰ ਪੈਟਰੋਲਿੰਗ ਤੇ ਨਿਕਲੀ ਹੋਈ ਸੀ ਪੈਟਰੋਲਿੰਗ ਕਰ ਰਹੀ ਸੀ ਸਕਿਉਰਿਟੀ ਡਿਟੇਲਸ ਕੰਡਕਟ ਕਰ ਰਹੀ ਸੀ ਐਟ 12ਥ ਸਟਰੀਟ ਐਂਡ ਫਿਗਰੋਆ ਸਟਰੀਟ ਤੇ ਫਿਰ ਇੱਕ ਪੁਆਇੰਟ ਤੇ ਇਹ ਸਸਪੈਕਟ ਆ ਜਿਹੜਾ ਇਹ ਉਸ ਆਫੀਸਰ ਦੇ ਕੋਲ ਆਉਂਦਾ ਉਹਨੂੰ ਅਪਰੋਚ ਕਰਦਾ ਉਸ ਤੋਂ ਬਾਅਦ ਪਤਾ ਨਹੀਂ ਕਿਹੜੇ ਤਰੀਕੇ ਨਾਲ ਇਹ ਵਹੀਕਲ ਦੇ ਵਿੱਚ ਵੜ ਕੇ ਉਹਨੂੰ ਭਜਾਉਣਾ ਸ਼ੁਰੂ ਕਰ ਦਿੰਦਾ ਸਪੈਡ ਆਫ ਕਰ ਗਿਆ ਐਲਪੀਡੀ ਨੇ ਦੱਸਿਆ ਕਿ ਐਲਪੀਡੀ ਦੇ ਲੂਟਨੈਂਟ ਨੇ ਕਿ ਆਫੀਸਰ ਨੂੰ ਇਹਨੇ ਚੱਲਦੇ ਵਹੀਕਲ ਦੇ ਵਿੱਚੋਂ ਐਜੈਕਟ ਕਰ ਦਿੱਤਾ ਚੱਲਦੇ ਵਹੀਕਲ ਤੋਂ ਬਾਹਰ ਸੁੱਟਿਆ ਆਫੀਸਰ ਰੋਡ ਦੇ ਉੱਤੇ ਡਿੱਗ ਪਈ ਉਹਨੂੰ ਕੁਝ ਸੱਟਾਂ ਵੀ ਆਈਆਂ ਨੇ ਇਨੇ ਫਿਰਵਾਦੀ ਨਾਰਥ ਬੌਂਡ ਲੇਨ ਦੇ ਉੱਤੇ ਆਪਣਾ ਚੋਰੀ ਦਾ ਵਹੀਕਲ ਭਜਾਉਣਾ ਸ਼ੁਰੂ ਕਰ ਦਿੱਤਾ ਐਲਪੀਡੀ ਦੀ ਇਹ ਇੱਕ ਐਸਯੂਵੀ ਸੀਗੀ ਪਹਿਲਾਂ ਤਾਂ ਇੱਕ ਇੰਟਰਸੈਕਸ਼ਨ ਤੇ ਬਰਾੜ ਸਾਹਿਬ ਇਹਨੇ ਦੋ ਵਹੀਕਲ ਨੂੰ ਹਿੱਟ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਨੇ ਭਜਾਉਣਾ ਸ਼ੁਰੂ ਕਰ ਦਿੱਤਾ ਫਿਰ ਅੱਗੇ ਜਾ ਕੇ ਇੱਕ ਪੋਲ ਦੇ ਵਿੱਚ ਇਹ ਵਹੀਕਲ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕ੍ਰੈਸ਼ ਹੋ ਰਿਹਾ ਇਹਦੀ ਟੁੱਟਪਨ ਜਾਦੀ ਹੋ ਗਈ ਫਿਰ ਇਹਨੇ ਸੋਚਿਆ ਕਿ ਹੁਣ ਇਸ ਵਹੀਕਲ ਨੂੰ ਛੱਡਣ ਦਾ ਫਾਇਦਾ ਹੈ ਉਹਦੇ ਵਿੱਚੋਂ ਇਹ ਨਿਕਲ ਕੇ ਭੱਜ ਗਿਆ ਪਰ ਬਹੁਤਾ ਲੰਮਾ ਜਿਆਦਾ ਇਸ ਤੋਂ ਭੱਜਿਆ ਨਹੀਂ ਗਿਆ ਇਹਨੂੰ ਤੁਰੰਤ ਅਪਰੈਂਡ ਕਰ ਲਿਆ ਗਿਆ ਇਹਨੂੰ ਅਰੈਸਟ ਕਰ ਲਿਆ ਗਿਆ ਕਈ ਲੋਕਾਂ ਨੂੰ ਇਹ ਸਾਰੇ ਮਾਮਲੇ ਦੇ ਵਿੱਚ ਸੱਟਾਂ ਲੱਗੀਆਂ ਨੇ ਤੇ ਇੱਕ ਆਫੀਸਰ ਵੀ ਇਹਦੇ ਵਿੱਚ ਜ਼ਖਮੀ ਹੋਈ ਹੈ ਬਿਲਕੁਲ ਜੀ ਆਪਾਂ ਇੱਥੇ ਇਹ ਵੀ ਦੱਸਣਾ ਚਾਹਾਂਗੇ ਕਈ ਦਰਸ਼ਕਾਂ ਨੂੰ ਵੀ ਆਪਾਂ ਕਈ ਵਾਰੀ ਗੱਡੀ ਚਲਾ ਕੇ ਨਾ ਸ਼ੀਸ਼ਾ ਖੋਲ ਕੇ ਰੱਖ ਲੈਣੇ ਆ ਤੇ ਕਿਸੇ ਬੰਦੇ ਨੇ ਮੈਨੂੰ ਕਿਹਾ ਵੀ ਭਾਈ ਐਵੇਂ ਨਾ ਕਰਿਆ ਕਰੋ ਜਿਆਦਾ ਸ਼ੀਸ਼ਾ ਦੇ ਆਪਦੀਆਂ ਬਾਰੀਆਂ ਬੰਦ ਕਰਕੇ ਰੱਖਿਆ ਕਰੋ ਚੋਰ ਇਸ ਚੀਜ਼ ਦਾ ਬੜਾ ਫਾਇਦਾ ਉਠਾਉਂਦੇ ਆ ਜਦੋਂ ਗੱਡੀ ਥੋੜੀ ਚੱਲਦੀ ਹੁੰਦੀ ਹੈ ਤੁਸੀਂ ਗੱਡੀ ਛੱਡ ਕੇ ਵੀ ਨਹੀਂ ਜਾ ਸਕਦੇ ਥੋੜੇ ਗੱਡੀ ਚੋਂ ਕੁਝ ਚੱਕ ਕੇ ਲੈ ਗਿਆ ਉਹ ਤਾਂ ਪੱਜ ਜਾਂਦਾ ਫਿਰ ਤੁਸੀਂ ਉਹਦੇ ਪਿੱਛੇ ਕਿਵੇਂ ਗੱਡੀ ਲਾ ਲੋਂਗੇ ਸੋ ਇਸ ਤਰ੍ਹਾਂ ਗੱਡੀ ਕਈ ਵਾਰੀ ਸਟਾਰਟ ਹੋਵੇ ਤਾਂ ਬੰਦੇ ਨੂੰ ਪਾਸੇ ਧੱਕ ਕੇ ਤੇ ਗੱਡੀ ਐਵੇਂ ਭਜਾ ਕੇ ਲੈ ਜਾਂਦੇ ਆ ਬਿਲਕੁਲ ਬੱਟ ਸਾਬ ਕਿ ਕਿਵੇਂ ਕੋਈ ਬੰਦਾ ਇਦਾਂ ਦਾ ਕੁਝ ਕਰ ਸਕਦਾ ਉਹ ਵੀ ਇੱਕ ਪੁਲਿਸ ਆਫੀਸਰ ਦੇ ਨਾਲ ਜਿਹਦੇ ਬਾਰੇ ਨੂੰ ਪਤਾ ਸੀਗਾ ਕਿ ਜਦੋਂ ਇਦਾਂ ਦਾ ਮੈਂ ਕੁਝ ਕਰੂੰਗਾ ਪੜਾਂ ਦੇ ਵਿੱਚ ਮੈਨੂੰ ਫੜ ਲਿਆ ਜਾਊਗਾ ਇੱਥੇ ਆਮ ਜਨਤਾ ਤਾਂ ਫਿਰ ਆਪਣੀ ਖੈਰ ਹੀ ਮਨਾਵੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖ ਲੈਣਾ ਚਾਹੀਦਾ ਜੇ ਆਪਾਂ ਕਿਤੇ ਉਹੋ ਜੀ ਥਾਂ ਤੇ ਖੜੇ ਹਾਂ ਸਭ ਤੋਂ ਪਹਿਲਾਂ ਆਪਣੀਆਂ ਸਾਰੀਆਂ ਜਿਹੜੀਆਂ ਵਿੰਡੋਜ਼ ਆ ਉਹ ਬੰਦ ਹੋਣ ਗੱਡੀ ਆਪਣੀ ਲੌਕ ਹੋਵੇ ਤਾਂ ਕਿ ਘੱਟੋ ਘੱਟ ਜੇ ਕੋਈ ਇਦਾਂ ਦਾ ਬੰਦਾ ਆਉਂਦਾ ਕੋ ਮਾੜਾ ਅਨਸਰ ਆਉਂਦਾ ਉਹ ਆਉਂਦੇ ਹੀ ਆਪਣੇ ਤੇ ਕੋਈ ਕਾਰਵਾਈ ਨਾ ਪਾ ਦੇ 2 ਕੁ ਮਿੰਟ ਨੂੰ ਲੱਗਣਗੇ ਉਦੋਂ ਤੱਕ ਆਪਾਂ ਸਿਚੁਏਸ਼ਨ ਨੂੰ ਟੈਕਲ ਕਰ ਸਕਦੇ ਆਂ ਆਪਾਂ ਡਰਾਈਵ ਕਰਕੇ ਭੱਜ ਸਕਦੇ ਆਂ ਇੱਕ ਬਰੱਡਸਾਪ ਇਹ ਵੀ ਹੈ ਕਿ LA ਦੇ ਵਿੱਚ ਤੇ ਸੈਨ ਫਰਾਂਸਿਸਕੋ ਦੇ ਵਿੱਚੋਂ ਇਹ ਖਬਰ ਅਕਸਰ ਆਉਂਦੀ ਰਹਿੰਦੀ ਹੈ ਕਿ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਲੋਕਾਂ ਦੇ ਬੈਗੇਜ ਲੁੱਟੇ ਜਾਂਦੇ ਨੇ ਜੀ ਜਿਹੜੀ ਚੀਜ਼ ਸਾਹਮਣੇ ਪਈ ਹੁੰਦੀ ਆ ਉਹਨੂੰ ਚੋਰੀ ਕਰਕੇ ਲੈ ਜਾਂਦੇ ਨੇ ਤੁਹ ਇਹਦੇ ਵਿੱਚ ਵੀ ਆਪਾਂ ਇੱਕ ਟਿਪ ਦੇ ਸਕਦੇ ਹਾਂ ਕਿ ਭਾਈ ਜਦੋਂ ਗੱਡੀ ਛੱਡਦੇ ਹੋ ਚੰਗੀ ਤਰ੍ਹਾਂ ਗੱਡੀ ਕਲੀਅਰ ਕੀਤੀ ਹੋਵੇ ਤਾਂ ਕਿ ਚੋਰ ਨੂੰ ਕੁਝ ਵੀ ਨਾ ਦਿਸੇ ਵਿੱਚ ਕਿ ਕੁਝ ਪਿਆ ਹੋਇਆ ਹੈ ਕਈ ਵਾਰੀ ਜਿਹੜੀ ਅੰਦਰ ਚੀਜ਼ ਪਈ ਹੁੰਦੀ ਉਹ ਸਸਤੀ ਹੁੰਦੀ ਹੈ ਤੇ ਬਾਅਦ ਵਿੱਚ ਗੱਡੀ ਦੀ ਜਿਹੜੀ ਰਿਪੇਅਰ ਕਾਸਟ ਆ ਉਹ ਤੁਹਾਨੂੰ ਮਹਿੰਗੀ ਪੈ ਜਾਂਦੀ ਹੈ